ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਅੱਡਾ ਹੁਸ਼ਿਆਰਪੁਰ ਚੌਂਕ ਸੇ ਸਤਨਾਮ ਸਿੰਘ ਮਸ਼ੀਨਾਂ ਵੱਲੋਂ ਕੀ ਅਗਵਾਈ 8 ਦਿਵਸੀ ਯਾਤਰਾ ਸ਼੍ਰੀ ਹੇਮਕੁੰਡ ਸਾਹਿਬ ਕੇ ਲਈ ਜੈਕਾਰੋ ਕੇ ਸਾਥ ਰਵਾਨਾ ਹੋਈ। ਇਸ ਮੌਕੇ ਪਰ ਹਰਪ੍ਰੀਤ ਸਿੰਘ ਵਿੱਕੀ, ਗੁਰਦੁਆਰਾ ਪ੍ਰਬੰਧਕ ਕਮੇਟੀ ਕੇ ਜਨਰਲ ਸਚਿਵ ਮੱਖਣ ਸਿੰਘ, ਗੁਰਦੁਆਰਾ ਪੰਚ ਪਿਆਰੇ ਪੰਚ ਪੀਰ ਕੀ ਕਮੇਟੀ ਸਦੱਸਿਆ ਸਹਿਤ ਅਸੰਖਯ ਸੰਗਤ ਵੀ ਮੌਜੂਦ ਰਹੀ। ਜਲੰਧਰ ਸੇ ਹਲਚਲ ਕੇ ਲਈ ਕੈਮਰਾਮੈਨ ਸੁਦੇਸ਼ ਭਗਤ ਕੇ ਸਾਥ ਸੰਦੀਪ ਸ਼ਰਮਾ ਕੀ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜੋ ਯਾਤਰਾ ਸ਼੍ਰੀ ਹੇਮਕੁੰਡ ਸਾਹਿਬ ਲਈ ਬੱਸਾਂ, ਇੱਥੋਂ 6 ਬੱਸਾਂ ਜਾ ਰਹੀਆਂ ਹਨ, ਉਹਨਾਂ ਦੀ ਅਗਵਾਈ ਸਤਨਾਮ ਸਿੰਘ ਮਸ਼ੀਨਾਂ ਵਾਲੇ ਕਰ ਰਹੇ ਹਨ। ਔਰ ਇਹ ਜੋ ਯਾਤਰਾ ਹੈ ਦੁਆਬਾ ਸ਼੍ਰੀ ਗੁਰੂ ਸਿੰਘ ਸਭਾ ਚੌਂਕ ਅੱਡਾ ਹੁਸ਼ਿਆਰਪੁਰ ਤੋਂ ਆਰੰਭ ਹੋਵੇਗੀ। ਇਹ ਯਾਤਰਾ ਜੋ ਬਹੁਤ ਹੀ ਆਨੰਦਮਈ ਹੈ, ਔਰ ਤਕਰੀਬਨ ਇਹਦੇ ਵਿੱਚ ਕਸ਼ਟ ਵੀ ਆਉਂਦੇ ਹਨ ਔਰ ਸੁੱਖ ਵੀ ਆਉਂਦੇ ਹਨ। ਔਰ ਇਹ ਧਾਰਮਿਕ ਯਾਤਰਾ ਹੈ। ਇਹ ਜੋ ਸਤਨਾਮ ਸਿੰਘ ਮਸ਼ੀਨਾਂ ਵਾਲਾ ਹੈ, ਇਹ ਪਿਛਲੇ ਤਕਰੀਬਨ 20-25 ਸਾਲਾਂ ਤੋਂ ਇਹ ਹਰ ਸਾਲ ਯਾਤਰਾ ਇੱਥੇ ਦੁਆਬਾ ਸ਼੍ਰੀ ਗੁਰੂ ਸਿੰਘ ਸਭਾ ਤੋਂ ਚਲਾਉਂਦਾ ਹੈ। ਔਰ ਸੰਗਤਾਂ ਨੂੰ ਅਪੀਲ ਹੈ ਵੀ ਇਸ ਜਥੇਦਾਰ ਦਾ ਸਹਿਯੋਗ ਕਰੋ ਅਤੇ ਰਲ ਮਿਲ ਕੇ ਇਹ ਯਾਤਰਾ ਆਨੰਦਮਈ ਕੀਰਤਨ ਕਰਦੇ ਹੋਏ ਔਰ ਧਾਰਮਿਕ ਪੱਖੋਂ ਇਹ ਜੋ ਯਾਤਰਾ ਕਰੋ ਅਤੇ ਗੁਰੂ ਘਰ ਦੀ ਖੁਸ਼ੀਆਂ ਪ੍ਰਾਪਤ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਦੁਆਰਾ, ਸਤਿਗੁਰਾਂ ਦੀ ਮਿਹਰ ਦੇ ਨਾਲ, ਸਰਦਾਰ ਮੱਖਣ ਭਾਅ ਜੀ ਜਿਹਨਾਂ ਦੇ ਮੇਰੇ ਬੜਾ ਮਾਣ ਹੈ ਕਿ ਅਸੀਂ ਯਾਤਰਾ ਸ਼ੁਰੂ ਕੀਤੀ ਜਦੋਂ ਪਹਿਲੀ, ਅਤੇ ਇਹ ਕਹਿਣ ਲੱਗੇ ਸੀ ਕਿ ਸਤਨਾਮ ਸਿੰਘ ਤੂੰ ਆਪਣੀ ਹੋਂਦ ਬੜਾ। ਉਹ ਸਤਿਗੁਰਾਂ ਨੇ ਕਿਰਪਾ ਕੀਤੀ, ਉਹ ਹੁਣ ਤੋਂ ਯਾਤਰਾ ਚੱਲ ਰਹੀ ਹੈ। ਇਹ ਯਾਤਰਾ 56ਵੀਂ ਯਾਤਰਾ ਹੈ ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਦੁਆਰਾ। ਸਤਿਗੁਰ ਕਿਰਪਾ ਕਰਨ, ਬਖਸ਼ਿਸ਼ ਕਰਨ, ਸਰਬਤ ਸੰਗਤਾਂ ਨੂੰ ਆਪਣੇ ਦਰੋਂ ਘਰੋਂ ਨਾਮ ਦਾਨ, ਸਿੱਖੀ ਸਿੱਖ ਭਰੋਸਾ, ਆਸੀ ਮਿਲਵਰਤਨ, ਪਿਆਰ, ਸਹਿਨਸ਼ੀਲਤਾ, ਦੇਹ ਰੂਪਤਾ, ਨਾਮ ਦਾ ਰੰਗ, ਸਾਧ ਦਾ ਸੰਗ, ਸਤਿਗੁਰ ਬਖਸ਼ਿਸ਼ ਕਰਨ। ਸੰਗਤਾਂ ਦੀ ਸੇਵਾ 'ਚ ਬੇਨਤੀ ਹੈ ਵੀ ਯਾਤਰਾ ਜਿਹੜੀ ਹੈ ਇਹਦਾ ਨਾਂ ਹੈ ਕਿ ਕਠਨ। ਸਤਸੰਗਤਾਂ ਦੀ ਸੇਵਾ 'ਚ ਬੇਨਤੀ ਹੈ, ਘਰ ਆਪਾਂ ਨੂੰ ਬੜੇ ਆਰਾਮ ਮਿਲਦੇ ਨੇ। ਜੇ ਸਾਨੂੰ ਗਰਮੀ ਲੱਗਣੀ ਹੈ ਅਸੀਂ ਏਸੀ ਲਾ ਲੈਣਾ, ਪੱਖੇ 'ਚ ਲਾ ਲੈਣੇ ਹੈ। ਪਰ ਇੱਥੇ ਜਿਹੜੀ ਯਾਤਰਾ ਦੇ ਵਿੱਚ ਇਹ ਵੀ ਹੋ ਸਕਦਾ ਕਿ ਸਾਨੂੰ ਗਰਮੀ 'ਚ ਵੀ ਰਹਿਣਾ ਪਵੇ। ਸਾਡੇ ਨਾਲ ਪੂਰੀ ਕੋਸ਼ਿਸ਼ ਹੋਏਗੀ ਕਿ ਸਾਰਾ ਇੰਤਜ਼ਾਮ ਕੀਤਾ, ਪਰ ਫਿਰ ਵੀ ਜੇ ਕੋਈ ਕਮੀ ਰਹਿ ਜਾਵੇ ਤਾਂ ਕਿਸੇ ਵੀ ਸੰਗਤ ਨੇ ਨਾ ਕਿੰਤੂ ਪ੍ਰੰਤੂ ਨਹੀਂ ਕਰਨਾ, ਸਹਿਯੋਗ ਦੇਣਾ। ਸਤਿਗੁਰ ਬਖਸ਼ਿਸ਼ ਕਰਨ, ਕਿਰਪਾ ਕਰਨ, ਰਸਤੇ ਦੇ ਵਿੱਚ ਹਰ ਪ੍ਰਕਾਰ ਸਤਿਗੁਰ ਅੰਗ ਸੰਗ ਸਾਈ ਹੋਣ। ਨਾਨਕ ਨਾਮ ਚੜ੍ਹਦੀ ਕਲਾ।